नरी पाड़ी दे रही निकासी दी पंजाब चो हुई पहली शुरुआत। बाकी मान साहब दी आ गल्लां सच्चियां ने, बहुत वधिया उन्होंने ये उपराला कीता है, बहुत धन्नवाद है सरकार दा। नहरी पानी अज जिला संगरूर दे खेतां तक लगना हो चुका है शुरू। सूए दे टेल तक पानी पहुंचाउण दी गल नूं मुख्यमंत्री भगवंत मान ने करके आखिरकार भुगता दिता। भाई जी मान साहब जिवें आम स्टेजां तों कहिंदे हुंदे सी वी टेलां तक पानी पहुंचाउण, सब तों लंबे सूए दी टेल ते बैठे आ, टेल वाले खेत च पानी पै। अज तो संगरूर जिले दे विच झोने दी बिजाई हो चुकी है शुरू। पंजाब सरकार दे वल्लों लगातार धरती हेठों घट रहे पानी दे लेवल नूं वेखदिआं पानी नूं बचाउण दे लई अते नहरी पानी नूं जमीनां तक पहुंचाउण दे लई पाइपां दे राही नहरी पानी दे राही निकासी दा काम चल रहा सी अते मुख मंत्री पंजाब सरदार भगवंत सिंह मान दे वल्लों कहा गया सी कि इस बार झोने दी बिजाई तो पहला नहरी पानी दी वरतो होनी शुरू हो जावेगी। जिथे पंजाब सरकार दे वल्लों झोने दी बिजाई करन दे लई पंजाब भर दे विच वख वख तरीकयां दे नाल इस दियां तरीकां वी फाइनल कीतियां गईयां सी अते उसे दे चलदियां जिथे जिला संगरूर दे विच झोने दी बिजाई दे शुरू हुंदिआं सार ही खेतां दे विच नहरी पानी पहुंचना शुरू हो गया है अते नहरी पानी दी वरतो सूयां दे टेल तक पहुंच गई है अते इस पानी नूं खेतां दे विच लगदा देख किसानां दे वल्लों शगन दी रस्म अदा करके खुशी मनाई जा रही है। इस मौके ते किसानां दे वल्लों की कहा गया है आओ सुनदे हां। ਇਸ ਤਰ੍ਹਾਂ ਦੇਖਦੇ ਅੱਜ ਸੂਏ ਦੀ ਟੇਲ ਤੱਕ ਪਾਣੀ ਪਹੁੰਚਿਆ ਨਹਿਰੀ ਦਾ ਤੇ ਤੁਸੀਂ ਸ਼ੱਕਰ ਨਾਲ ਅੱਜ ਸ਼ਗਨ ਮਨਾਇਆ ਸੀ? ਬਹੁਤ ਜ਼ਿਆਦਾ ਵਧੀਆ ਜੀ, ਬਹੁਤ ਵਧੀਆ ਦੇਖ ਰਹੇ ਹਾਂ ਤੇ ਸਾਡੇ ਇੱਕ ਰਿਵਾਜ਼ ਹੈ ਜਦੋਂ ਅਸੀਂ ਕੋਈ ਵੀ ਵਧੀਆ ਕੰਮ ਹੁੰਦਾ ਤਾਂ ਉਹਦਾ ਸ਼ਗਨ ਮਨਾਉਂਦੇ ਹਾਂ ਅਸੀਂ ਮਿੱਠੇ ਨਾਲ, ਇਸ ਲਈ ਅਸੀਂ ਜਦੋਂ ਸਾਡੇ ਟੇਲ 'ਤੇ ਪਾਣੀ ਪਹੁੰਚਿਆ ਅਸੀਂ ਵੀ ਇਹਦਾ ਸ਼ਗਨ ਮਨਾਇਆ, ਇਕੱਠੇ ਹੋ ਕੇ ਸਾਡੇ ਪਿੰਡ ਦੇ ਬੰਦੇ ਬੁਲਾਏ ਨੇ ਅਸੀਂ ਤੇ ਅਸੀਂ ਸਾਰਿਆਂ ਨੇ ਸ਼ਗਨ ਮਨਾਇਆ ਜੀ, ਬਹੁਤ ਵਧੀਆ ਲੱਗਿਆ। ਤੇ ਬਾਕੀ ਮੈਂ ਤਾਂ ਸੋਚਿਆ ਨਹੀਂ ਸੀਗਾ ਜੀ, ਅਸੀਂ ਤਾਂ ਕਿਉਂਕਿ 40 ਮੇਰੀ ਉਮਰ 50 ਸਾਲ ਤੋਂ ਉੱਪਰ ਹੋ ਚੁੱਕੀ ਹੈ ਤੇ 40 ਸਾਲ ਤੋਂ ਅਸੀਂ ਤਾਂ ਨਹੀਂ ਸੋਚਿਆ ਸੀਗਾ ਵੀ ਕਦੇ ਨਹਿਰੀ ਪਾਣੀ ਸਾਡੇ ਬੱਚਿਆਂ ਨੇ ਤਾਂ ਕੀ ਦੇਖਣਾ, ਸਾਨੂੰ ਵੀ ਦੇਖਣ ਨੂੰ ਨਹੀਂ ਮਿਲਿਆ 40 ਸਾਲਾਂ ਦੇ ਵਿੱਚੋਂ। ਫਸਲ ਲਈ ਬਹੁਤ ਫਾਇਦੇਮੰਦ ਹੈ ਪਾਣੀ, ਫਸਲ ਵਾਸਤੇ ਬਹੁਤ ਜ਼ਿਆਦਾ ਫਾਇਦੇਮੰਦ ਹੈ ਜੀ ਇਹ, ਫਸਲ ਵਾਸਤੇ ਵੀ ਫਾਇਦੇਮੰਦ ਹੈ, ਧਰਤੀ ਲਈ ਵੀ ਫਾਇਦੇਮੰਦ ਹੈ। ਜਿਹੜਾ ਧਰਤੀ ਦੇ ਹੇਠੋਂ ਪੱਧਰ ਨੀਚੇ ਜਾ ਰਿਹਾ ਪਾਣੀ ਦਾ ਉਹ ਮਤਲਬ ਬਹੁਤ ਜ਼ਿਆਦਾ ਘਾਤਕ ਗੱਲ ਹੈ ਜੀ, ਕਿਉਂਕਿ ਜਦੋਂ ਪਾਣੀ ਖਤਮ ਹੋ ਗਿਆ ਤਾਂ ਸਾਡੇ ਵਾਸਤੇ ਸਭ ਕੁਛ ਹੀ ਖਤਮ ਹੋ ਜਾਣਾ, ਦੁਨੀਆ ਖਤਮ ਹੋ ਜਾਣੀ ਹੈ। ਇਸ ਲਈ ਮਤਲਬ ਇਸ ਤੋਂ ਵੱਡਾ ਉਪਰਾਲਾ ਸਰਕਾਰ ਦਾ ਕਿਸਾਨਾਂ ਲਈ ਤੋਹਫਾ ਮੈਂ ਨਹੀਂ ਮੰਨ ਸਕਦਾ ਵੀ ਇਹਦੇ ਨਾਲੋਂ ਵੱਡਾ ਤੋਹਫਾ ਜਿਹੜਾ ਉਹ ਸਾਨੂੰ ਨਹੀਂ ਮਿਲ ਸਕਦਾ ਸੀ ਜਿਹੜਾ ਮਾਨ ਸਰਕਾਰ ਨੇ ਦਿੱਤਾ। ਹਾਂ ਮਾਨ ਸਾਹਿਬ ਦੀਆਂ ਅਸੀਂ ਗੱਲਾਂ ਸੁਣਦੇ ਸੀ ਅਤੇ ਅੱਜ ਉਹਨਾਂ ਨੇ ਉਹ ਗੱਲਾਂ ਨੂੰ ਸੱਚ ਕਰ ਵਿਖਾਇਆ ਅਤੇ ਬਿਲਕੁਲ ਧੰਨਵਾਦ ਕਰਦੇ ਹਾਂ ਅਸੀਂ ਇਹੋ ਜਿਹੇ ਲੀਡਰ ਦਾ ਅਤੇ ਅਸੀਂ ਇਹਨਾਂ ਦੇ ਨਾਲ ਹਾਂ, ਨਾਲ ਹੀ ਰਹਾਂਗੇ ਜਿੰਨਾ ਚਿਰ ਸਾਡੇ 'ਚ ਦਮ ਹੈ। ਮੇਰਾ ਨਾਮ ਬਾਈ ਜੀ ਗਗਨਦੀਪ ਸਿੰਘ ਹੈ, ਹਰਕਿਸ਼ਨਪੁਰੇ ਦੇ ਵਾਸੀ ਹਾਂ ਅਸੀਂ। ਬਾਈ ਜੀ ਖੁਸ਼ੀ ਤਾਂ ਅਸੀਂ ਬਿਆਨ ਹੀ ਨਹੀਂ ਕਰ ਸਕਦੇ ਵੀ ਜਿਹੜੀ ਚੀਜ਼ ਜ਼ਿੰਦਗੀ 'ਚ ਤੁਹਾਨੂੰ ਸਾਰੀ ਜ਼ਿੰਦਗੀ ਲੋੜ ਮਹਿਸੂਸ ਹੋਈ ਹੋਵੇ ਅਤੇ ਤੁਹਾਨੂੰ ਮਿਲੀ ਨਾ ਹੋਵੇ ਉਹ ਅਚਾਨਕ ਮਿਲ ਜੇ ਤੁਹਾਨੂੰ ਉਹਦੀ 'ਚ ਖੁਸ਼ੀ ਤਾਂ ਫਿਰ ਤੁਸੀਂ ਹੁਣ ਆਪ ਹੀ ਸੋਚ ਸਕਦੇ ਹੋ ਵੀ ਕਿੰਨੀ ਖੁਸ਼ੀ ਹੋ ਰਹੀ ਹੈ ਨਾ। ਅਤੇ ਬਹੁਤ ਹੀ ਧੰਨਵਾਦ ਹੈ ਬਾਈ ਜੀ ਸਰਕਾਰ ਦਾ ਅਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਤੇ ਸਾਡੇ MLA ਭੈਣ ਨਰਿੰਦਰ ਕੌਰ ਭਰਾ ਜੀ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਐਡਾ ਬੜਾ ਕਿਸਾਨੀ ਨੂੰ ਬਚਾਉਣ ਵਾਲਾ ਕੰਮ ਕਰਤਾ। ਅਸੀਂ ਕਿਸਾਨ ਨਹੀਂ ਇਸ ਚੀਜ਼ ਦਾ ਉਹਨਾਂ ਦਾ ਦੇਣਾ ਨਹੀਂ ਦੇ ਸਕਦੀ ਜੀ, ਇਹਦਾ ਬਹੁਤ ਹੀ ਵੱਡਾ ਕੰਮ ਹੈ। ਹਾਂ ਜੀ ਹਾਂ ਜੀ ਬਿਲਕੁਲ, ਜਿਹੜੀ ਸੂਏ ਦੀ ਟੇਲ ਆ ਬਾਈ ਜੀ ਇਹ ਸਭ ਇਹ ਆਪਣੇ ਸੰਗਰੂਰ ਜ਼ਿਲ੍ਹੇ ਦਾ ਸਭ ਤੋਂ ਲੰਬਾ ਸੂਆ ਜੀ, ਕਦੇ ਅੱਜ ਤੱਕ ਇੱਥੇ ਟੇਲ 'ਤੇ ਪਾਣੀ ਪਹੁੰਚਿਆ ਹੀ ਨਹੀਂ ਸੀ। ਅੱਜ ਇਹਦੀ ਟੇਲ 'ਤੇ ਤੁਸੀਂ ਦੇਖ ਰਹੇ ਹੋ ਕਿ ਉਹ ਕੈਰਾ ਭਰਿਆ ਪਿਆ ਅਤੇ ਟੇਲ 'ਤੇ ਪਾਣੀ ਚੱਲ ਰਿਹਾ ਅਤੇ ਸਵੇਰੇ ਇਹ ਅਰਲੀ ਮਾਰਨਿੰਗ ਅਸੀਂ ਉੱਠ ਕੇ ਦੇਖਿਆ ਤਾਂ ਪਾਣੀ ਇਹ ਚਾਲੂ ਹੋ ਗਿਆ ਸੀ ਆਉਣਾ। ਬਹੁਤ ਜ਼ਿਆਦਾ ਖੁਸ਼ੀ ਅਤੇ ਸ਼ੱਕਰ ਨਾਲ ਅਸੀਂ ਸਾਰਿਆਂ ਨੇ ਇੱਥੇ ਆ ਕੇ ਜੀ ਸ਼ਗਨ ਮਨਾਇਆ ਇਹਦਾ ਅਤੇ ਬਹੁਤ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਹਾਂ, ਬੜੀ ਖੁਸ਼ੀ ਹੋ ਰਹੀ ਹੈ ਜੀ ਸਾਨੂੰ, ਬਹੁਤ ਚੰਗਾ ਉਪਰਾਲਾ ਕੀਤਾ ਸਰਕਾਰ। ਤਾਂ ਕਿਸਾਨਾਂ ਦੇ ਵੱਲੋਂ ਇਸ ਮੌਕੇ ਦੇ ਉੱਪਰ ਪਾਣੀ ਲੱਗਦੇ ਸਾਰ ਹੀ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਅਤੇ ਨਾਲ ਦੀ ਨਾਲ ਸ਼ਗਨ ਦੀ ਰਸਮ ਵੀ ਅਦਾ ਕੀਤੀ ਜਾ ਰਹੀ ਹੈ। ਤਾਂ ਇਸ ਸਭ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ?